ਪੰਜਾਬ ਸਰਕਾਰ ਦੇ ਵੱਲੋਂ ਗਰੀਬ ਤਬਕੇ ਦੇ ਲੋਕਾਂ ਨੂੰ ਤੀਰਥ ਯਾਤਰਾ ਕਰਵਾਉਣ ਲਈ ਟ੍ਰੇਨ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਤਹਿਤ ਸੂਬੇ ਦੇ ਉਹ ਲੋਕ ਜੋ ਖੁਦ ਤੀਰਥ ਯਾਤਰਾ ਦਾ ਖਰਚ ਨਹੀਂ ਉਠਾ ਸਕਦੇ ਉਹ ਇਸ ਟ੍ਰੇਨ ਦੇ ਵਿੱਚ ਮੁਫਤ ਸਫ਼ਰ ਕਰ ਸਕਦੇ ਨੇ। ਪਰ ਹੁਣ ਇਹ ਟ੍ਰੇਨ ਅਕਾਲੀ ਲੀਡਰਾਂ ਅਤੇ ਵਰਕਰਾਂ ਨੂੰ ਤੀਰਥ ਯਾਤਰਾ ਕਰਵਾਉਣ ਜੋਗੀ ਹੀ ਰਹਿ ਗਈ ਹੈ। ਸੂਬੇ ਦੀ ਗਰੀਬ ਜਨਤਾ ਨੂੰ ਉਹਨਾਂ ਦੇ ਧਾਰਮਿਕ ਸਥਾਨਾਂ ਦੀ ਮੁਫਤ ਯਾਤਰਾ ਕਰਵਾਉਣ ਲਈ ਪੰਜਾਬ ਦੀ ਅਕਾਲੀ ਸਰਕਾਰ ਨੇ ਮੁੱਖ ਮੰਤਰੀ ਤੀਰਥ ਯਾਤਰਾ ਟ੍ਰੇਨ ਸ਼ੁਰੂ ਕੀਤੀ ਸੀ, ਜਿਸ ਦੇ ਵਿੱਚ ਗਰੀਬਾਂ ਨੂੰ ਮੁਫਤ ਦੇ ਵਿੱਚ ਨਾ ਸਿਰਫ ਯਾਤਰਾ ਕਰਵਾਈ ਜਾਂਦੀ ਹੈ ਬਲਕਿ ਉਹਨਾਂ ਦੇ ਰਹਿਣ ਅਤੇ ਖਾਣ ਪੀਣ ਦਾ ਵੀ ਮੁਫਤ ਬੰਦੋਬਸਤ ਕੀਤਾ ਜਾਂਦਾ ਹੈ। ਪਰ ਹੁਣ ਇਹ ਟ੍ਰੇਨ ਗਰੀਬਾਂ ਲਈ ਨਾ ਰਹਿ ਕੇ ਅਕਾਲੀ ਨੇਤਾਵਾਂ ਅਤੇ ਵਰਕਰਾਂ ਦੀ ਟ੍ਰੇਨ ਬਣ ਗਈ ਹੈ, ਕਿਉਂਕਿ ਹੁਣ ਇਹਨਾਂ ਟ੍ਰੇਨਾਂ ਦਾ ਫਾਇਦਾ ਆਮ ਅਤੇ ਗਰੀਬ ਜਨਤਾ ਦੀ ਬਜਾਏ ਹੁਣ ਜ਼ਿਆਦਾਤਰ ਅਕਾਲੀ ਲੀਡਰ ਅਤੇ ਵਰਕਰ ਹੀ ਉਠਾ ਰਹੇ ਨੇ। ਇਹੋ ਜਿਹਾ ਹੀ ਪ੍ਰਤੱਖ ਪ੍ਰਮਾਣ ਵੇਖਣ ਨੂੰ ਮਿਲਿਆ ਜ਼ਿਲ੍ਹਾ ਸੰਗਰੂਰ ਦੇ ਵਿੱਚ। ਦਰਅਸਲ ਅੱਜ ਸੰਗਰੂਰ ਹਲਕੇ ਦੇ ਲੋਕਾਂ ਲਈ ਸ਼੍ਰੀ ਹਜ਼ੂਰ ਸਾਹਿਬ ਦੇ ਲਈ ਪੰਜਾਬ ਸਰਕਾਰ ਵੱਲੋਂ ਤੀਰਥ ਯਾਤਰਾ ਟ੍ਰੇਨ ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਰਵਾਨਾ ਕੀਤੀ। ਪਰ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਗਰੀਬਾਂ ਲਈ ਚਲਾਈ ਇਸ ਟ੍ਰੇਨ ਦੇ ਵਿੱਚ ਪੰਜਾਬ ਦੀ ਅਕਾਲੀ ਸਰਕਾਰ ਦੇ ਮੁੱਖ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਬਲਕਿ ਅਕਾਲੀ ਸਰਕਾਰ ਦੇ ਜ਼ਿਲ੍ਹੇ ਦੇ ਜ਼ਿਆਦਾਤਰ ਜਥੇਦਾਰ ਅਤੇ ਵਰਕਰ ਹੀ ਆਪਣੇ ਪਰਿਵਾਰਾਂ ਸਮੇਤ ਸਵਾਰ ਹੋ ਕੇ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਏ। ਖੁਦ ਟ੍ਰੇਨ ਦੇ ਵਿੱਚ ਸਵਾਰ ਹੋਏ ਅਕਾਲੀ ਲੀਡਰਾਂ ਅਤੇ ਜਥੇਦਾਰਾਂ ਦੇ ਮੂੰਹ ਤੋਂ ਸੁਣੋ ਕਿ ਉਹ ਕਿਸ ਤਰ੍ਹਾਂ ਗਰੀਬਾਂ ਲਈ ਚਲਾਈ ਗਈ ਇਸ ਟ੍ਰੇਨ ਦਾ ਫਾਇਦਾ ਉਠਾ ਰਹੇ ਨੇ। ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਲਈ ਸਭ ਤੋਂ ਪਹਿਲਾਂ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦਾ ਔਰ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਇੱਕ ਬਹੁਤ ਹੀ ਜ਼ਿਆਦਾ ਇਤਿਹਾਸਕ ਫੈਸਲਾ ਲਿਆ ਹੈ ਕਿ ਪੰਜਾਬ ਦੇ ਹਰ ਧਰਮ ਦੇ ਲੋਕਾਂ ਦੇ ਲਈ ਉਹਨਾਂ ਦੇ ਜੋ ਤੀਰਥ ਸਥਾਨ ਨੇ ਉਹਨਾਂ ਦੀ ਯਾਤਰਾ ਦੇ ਲਈ ਇਸ ਸਕੀਮ ਬਣਾਈ ਹੈ। ਅੱਜ ਸੰਗਰੂਰ ਹਲਕੇ ਦੇ ਵਿੱਚੋਂ 1000 ਦੇ ਕਰੀਬ ਯਾਤਰੀ ਜਿਹੜਾ ਹੈਗਾ ਉਹ ਸੱਚਖੰਡ ਨੰਦੇੜ ਸਾਹਿਬ ਜਾ ਰਿਹਾ ਹੈ, ਮੈਂ ਉਹਨਾਂ ਦੇ ਨਾਲ ਮੇਰਾ ਪਰਿਵਾਰ ਜਾ ਰਿਹਾ। ਅਕਾਲੀ ਦਲ ਦਾ ਵਰਕਰਾਂ 40 ਸਾਲ ਤੋਂ ਜਥੇਦਾਰਾਂ ਇਹ ਵਧੀਆ ਵਧੀਆ ਕੰਮ ਹੈ, ਵਧੀਆ ਯਾਤਰਾ ਕਰਾਈ ਜਾਂਦੀ ਹੈ ਦੁਨੀਆ ਵਾਸਤੇ, ਇੱਧਰ ਉੱਧਰ ਕੀ ਵੱਡੀ ਗੱਲ ਹੈ ਜਿਹੜੀ ਯਾਤਰਾ ਹੀ ਕਰਾਈ ਹਜ਼ੂਰ ਸਾਹਿਬ ਦੀ। ਅਕਾਲੀ ਦਲ ਦੇ ਆਮ ਵਰਕਰੇ ਹਾਂਜੀ ਹਾਂਜੀ ਠੀਕ ਹੈ ਜੀ, ਲੋਕਾਂ ਦੀ ਸੇਵਾ ਤਾਂ ਮਤਲਬ ਯਾਤਰਾ ਕਰਾਉਣਗੇ ਲੋਕ ਖੁੱਲ੍ਹ ਕੇ, ਮਤਲਬ ਇਹ ਚੀਜ਼ ਦਾ ਯਾਤਰਾ ਦੇ ਉੱਤੇ ਮਤਲਬ ਹਰ ਇੱਕ ਬੰਦੇ ਨੂੰ ਚਾਹਵਾਨ ਹੈ, ਜਿਹੜਾ ਨਹੀਂ ਜਾ ਸਕਦਾ ਉਹ ਵੀ ਜਾ ਆਉਣਗੇ ਪਿੰਡਾਂ ਦੇ। ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਜਦੋਂ ਕਿ ਧਾਰਮਿਕ ਸਥਾਨਾਂ ਦੀ ਯਾਤਰਾ ਲਈ, ਖਾਸ ਕਰਕੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਯਾਤਰਾ ਲਈ ਅੱਜ ਸੰਗਰੂਰ ਹਲਕੇ ਤੋਂ ਜੋ ਸਪੈਸ਼ਲ ਟ੍ਰੇਨ ਜਾ ਰਹੀ ਹੈ, ਮੈਂ ਪੰਜਾਬ ਸਰਕਾਰ ਦਾ ਜਿੱਥੇ ਧੰਨਵਾਦ ਕਰਦਾ ਹਾਂ ਉੱਥੇ ਹਲਕਾ ਇੰਚਾਰਜ ਬਾਬੂ ਪ੍ਰਕਾਸ਼ ਚੰਦ ਜੀ ਗਰਗ, ਸਰਦਾਰ ਪਰਮਿੰਦਰ ਸਿੰਘ ਜੀ ਢੀਂਡਸਾ ਜੋ ਝੰਡੀ ਦੇਣ ਲਈ ਆਏ ਹਨ, ਸਮੂਹ ਸੰਗਤਾਂ ਦਾ ਧੰਨਵਾਦ ਹੈ ਅਤੇ ਅਸੀਂ ਗੁਰੂ ਦੇ ਦਰਸ਼ਨ ਕਰਨ ਲਈ ਜਾਂਦੇ ਹਾਂ, ਬਹੁਤ ਬਹੁਤ ਧੰਨਵਾਦ। ਦੂਜੇ ਪਾਸੇ ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦਾਅਵਾ ਕਰ ਰਹੇ ਨੇ ਕਿ ਇਸ ਸਕੀਮ ਦਾ ਜ਼ਿਆਦਾਤਰ ਫਾਇਦਾ ਸੂਬੇ ਦੇ ਗਰੀਬ ਅਤੇ ਆਮ ਲੋਕ ਉਠਾ ਰਹੇ ਨੇ। ਲੋਕਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਹੈ, ਮੈਂ ਸਮਝਾਂ ਅਸੀਂ ਜਿੰਨੇ ਲੋਕ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਇੱਕ ਟ੍ਰੇਨ ਦੇ ਵਿੱਚ ਨਹੀਂ ਲਿਜਾ ਸਕ ਰਹੇ, ਸੋ ਅਸੀਂ ਤਾਂ ਕੋਸ਼ਿਸ਼ ਕਰਾਂਗੇ ਜੇ ਵਿੱਤੀ ਸਾਧਨ ਉਹਨਾਂ ਨੇ ਇਜਾਜ਼ਤ ਦਿੱਤੀ ਤਾਂ ਹੋਰ ਵੀ ਜਿਹੜੀਆਂ ਹਰ ਹਲਕੇ ਦੇ ਵਿੱਚੋਂ ਟ੍ਰੇਨ ਜਿਹੜੀਆਂ ਜ਼ਿਆਦਾ ਜਾਣ, ਅਤੇ ਮੈਂ ਧੰਨਵਾਦ ਕਰਦਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦਾ ਜਿਨ੍ਹਾਂ ਨੇ ਗਰੀਬ ਅਤੇ ਲੋੜਵੰਦ ਲੋਕਾਂ ਲਈ ਆਪਦੇ ਆਪਦੇ ਧਾਰਮਿਕ ਸਥਾਨਾਂ 'ਤੇ ਦਰਸ਼ਨ ਕਰਨ ਦਾ ਇਹ ਜੋ ਯੋਜਨਾ ਬਣਾਈ ਹੈ ਇਹਦਾ ਬਹੁਤ ਲੋਕਾਂ ਦੇ ਉਤਸ਼ਾਹ ਹੈ, ਲੋਕ ਬਹੁਤ ਖੁਸ਼ ਨੇ ਅਤੇ ਜਿਹੜੇ ਵੀ ਇਸ ਯਾਤਰਾ ਵਿੱਚ ਭਾਗ ਲੈ ਕੇ ਆਏ ਨੇ
ਉਹ ਜਿਹੜਾ ਹੈ ਤਰੀਫਾਂ ਕਰਦੇ ਨਹੀਂ ਥੱਕਦੇ ਵੀ ਜੋ ਕੁਛ ਸੁਵਿਧਾਵਾਂ ਜੋ ਸਹੂਲਤਾਂ ਇਸ ਯਾਤਰਾ ਵਿੱਚ ਉਹਨਾਂ ਨੂੰ ਮੁਹੱਈਆ ਨੇ ਉਹ ਕਦੇ ਸ਼ਾਇਦ ਉਹ ਪ੍ਰਾਪਤ ਨਹੀਂ ਸੀ ਕਰ ਸਕਦੇ। ਪੰਜਾਬ ਦੀ ਅਕਾਲੀ ਸਰਕਾਰ ਉੱਤੇ ਹੁਣ ਪੰਜਾਬੀ ਮੁਹਾਵਰਾ ਅੰਨਾ ਵੰਡੇ ਰਿਉੜੀਆਂ ਮੁੜ ਮੁੜ ਆਪਣਿਆਂ ਨੂੰ ਪੂਰੀ ਤਰ੍ਹਾਂ ਫਿੱਟ ਬੈਠ ਰਿਹਾ ਹੈ, ਕਿਉਂਕਿ ਗਰੀਬਾਂ ਦੇ ਨਾਂ ਤੇ ਚਲਾਈ ਜਾ ਰਹੀ ਤੀਰਥ ਯਾਤਰਾ ਟ੍ਰੇਨ ਦੇ ਵਿੱਚ ਅਕਾਲੀ ਇੱਕ ਵਾਰ ਫਿਰ ਤੋਂ ਆਪਣਿਆਂ ਨੂੰ ਹੀ ਫਾਇਦਾ ਪਹੁੰਚਾਉਣ ਦੇ ਵਿੱਚ ਲੱਗੇ ਹੋਏ ਨੇ। ਬਿਊਰੋ ਰਿਪੋਰਟ, ਗਲੋਬਲ ਪੰਜਾਬ ਟੀਵੀ।